ਫਿਰ ਨਾਲੇ YouTube ਦੀ ਗੱਲ YouTube ਫੈਮਲੀ ਉੱਥੇ ਰਹੁ ਠੀਕ ਆ ਤੁਹਾਡਾ ਕੋਈ ਆ ਜਿਹੜੇ YouTube ਵਾਲੇ ਰੋਸਟਰ ਨੇ ਇਹ ਇਹ ਤੁਸੀਂ ਨਾਲ ਹੋ ਇੱਧਰ ਆ ਰਿਆ ਮੇਰੇ Instagram ਤੇ ਚੱਕ ਰਿਆ ਵੀਡੀਓ ਜਿੱਥੇ ਤੂੰ ਕਰਤੂਤਾ ਕਰੇਂਗੀ ਆਪਦਾ ਖਾਨਦਾਨ ਦਿਖਾਏਂਗੀ ਉੱਥੋਂ ਹੀ ਚੱਕਣਗੇ ਲੋਕ ਤੂੰ ਕਰਤੂਤਾ ਹੀ ਨਾ ਕਰ ਤਾਂ ਲੋਕ ਵੀ ਨਾ ਤੇਰੀਆਂ ਵੀਡੀਓ ਚੱਕਣਗੇ ਤੇ ਰੋਸਟ ਹੋਣੋਂ ਹਟ ਜੰਗੀ ਆਪਣੇ ਆਪ ਹੀ ਬਾਕੀ ਹੁਣ ਉਹ ਤੇਰੇ ਕਹਿਣ ਤੇ ਚੱਲਣਗੇ ਵੀ ਹੁਣ ਤੂੰ ਦੱਸਿਆ ਕਰੇਂਗੀ ਵੀ ਆਹ ਵਾਲਾ ਕੰਟੈਂਟ ਲੈ ਲਓ ਭਾਈ ਇਹ ਤੇ ਰੋਸਟ ਕਰ ਦੋ ਮੈਂ ਤੈਨੂੰ ਸੁਖਰਾਲ ਖੋਸੇ ਪਹਿਲਾਂ ਵੀ ਕਿਹਾ ਸੀ ਮੇਰੇ ਤੋਂ ਧਿਆਨ ਕੱਢ ਦੇ ਤੂੰ ਪਹਿਲਾਂ ਵੀ ਮੇਰੇ ਪ੍ਰਤੀ ਬਹੁਤ ਕੁਝ ਬੋਲਿਆ ਸੀਗਾ ਆ ਮੈਂ ਕੋ ਰਵੜ ਬੈਣ ਮੈਂ ਇੱਥੇ ਪਉਂਦੀ ਆ ਮੈਂ ਕਹ ਆ ਇੱਥੇ ਪਉਂਦੀ ਆ ਯਾਰ ਤੂੰ ਕਿਨਾ ਬਦਤਮੀਜ਼ ਇਨਸਾਨ ਐ ਨਾ ਤੂੰ ਧਿਆਨ ਘੱਟਣ ਵਾਲੀ ਕੁੜੀ ਐ ਕਮਲੀ ਐ ਐਡੀ ਸੋਹਣੀ ਤੇ ਖਾਨਦਾਨੀ ਕੁੜੀ ਨਾ ਤੂੰ ਕਿਸੇ ਨਾਲ ਭੱਜੀ ਐ ਕਿੰਨੀ ਪਾਕ ਪਵਿੱਤਰ ਐਂਗੀ ਤੇ ਤੇਰੇ ਜੋ ਧਿਆਨ ਘੱਡੂਗਾ ਹੈ ਉਹ ਨਾਲਿਓ ਮੁੰਡਾ ਤੇ ਉਹਦਾ ਧਿਆਨ ਕੁੜੀਆਂ ਜੇ ਜਾਊਗਾ ਉਹ ਕਿਹੜੇ ਮੈਡ ਸੰਧੂ ਐ ਸੁਖਰਾਜ ਖੁੱਸੇ ਨੂੰ ਸਿਰਫ ਮੇਰੀ ਲਾਸਟ ਵਾਰਨਿੰਗ ਆ ਐਦੋਂ ਬਾਅਦ ਮੇਰਾ ਕਿਸੇ ਨਾਲ ਵੀ ਥੰਬਨੇਲ ਨਹੀਂ ਲੱਗਾ ਹੋਣਾ ਚਾਹੀਦਾ ਇਤੋਂ ਪਹਿਲਾਂ ਵਾਲੀ ਵੀਡੀਓ 'ਚ ਵੀ ਤੂੰ ਕਿਹਾ ਵੀ ਮੇਰਾ ਲਾਸਟ ਰਿਪਲਾਈ ਹੈ ਤੈਨੂੰ ਹੁਣ ਫੇਰ ਲਾਸਟ ਲਾਸਟ ਗਰੀ ਜੰਨੀ 'ਚ ਕਰਨਾ ਤਾਂ ਕੁਝ ਕਰ ਲੈ। ਬਾਕੀ ਜਿਹੜੇ ਥੰਬਨੇਲ ਲੱਗੇ ਉਹ ਤਾਂ ਉਹਦੇ ਨਾਲ ਹੀ ਹੁੰਦੇ ਜਿੱਦਣਾਂ ਤੂੰ ਫੋਟੋਆਂ ਮਗਰਾਈਆਂ ਨੇ ਵੀਡੀਓ ਬਣਾਈਆਂ ਨੇ ਤੇ 2 ਮਹੀਨੇ ਰਹਿ ਕੇ ਆਈਆਂ। ਕਿਸੇ ਹੋਰ ਨਾਲ ਤਾਂ ਕਿਸੇ ਨੇ ਵੀ ਨਹੀਂ ਤੇਰੇ ਥੰਬਨੇਲ ਲਾਈਕ ਅਦੇ ਕਿਸੇ ਨੇ। ਨਾਉ ਮੇਰਾ ਕੁਛ ਹੈ ਨਾਉ ਮੇਰਾ ਕੁਛ ਸੀ ਨਾਉ ਮੇਰੇ ਕੋਲ ਕੁਛ ਰਹੇਗਾ। ਕੋਈ ਵੀ ਚਾਈ ਕੋਈ ਵੀ ਰੋਚ ਚ ਰਹਾ ਕੋਈ ਵੀ ਵੀਡੀਓ ਮੇਰੀ ਅੱਗੇ ਰਹੂਗਾ ਉਹ ਤਾਂ ਸਾਨੂੰ ਪਤਾ ਨਹੀਂ ਪਰ ਪਹਿਲਾਂ ਤਾਂ ਸਾਰਾ ਕੁਝ ਹੀ ਤੇਰਾ ਸੀਗਾ ਉਹ ਪਹਿਲਾਂ ਤਾਂ ਤੁਸੀਂ ਗੱਲਾਂ ਗੱਲਾਂ ਚ ਜਵਾਕਾਂ ਦੇ ਨਾਂ ਵੀ ਸੋਚਲੇ ਸੀਗੇ ਹੁਣ ਸਾਰੇ ਕਾਸੇ ਤੇ ਮੋਕਰ ਗਈ ਕਰਕੇ ਵੀ ਭਰਾਵਾਂ ਵਿਊਆਂ ਦੀ ਖਾਤਰ ਹੈ ਠੀਕ ਆ ਜੇ ਅਸੀਂ ਟਿਕੇ ਬੈਠੇ ਹਾਂ ਨਾ ਸਾਨੂੰ ਟੇਕ ਲੰਦੇ ਤੁਸੀਂ ਵਿਹਾਂ ਦੀ ਖਾਤਰ ਲਵ ਸਟੋਰੀਆਂ ਸੁਣਾਓ ਭੱਜੇ ਸੀ ਕਿਵੇਂ ਉਹ ਦੱਸੋ ਸਾਰਾ ਕੁਝ ਲੋਕਾਂ ਨੂੰ ਇਹ ਸਾਰਾ ਕੁਝ ਵਿਊਆਂ ਦੀ ਖਾਤਰ ਤਾਂ ਸੀਗਾ ਹੁਣ ਜੇ ਤੁਹਾਨੂੰ ਕਿਸੇ ਨੇ ਸੱਚੀ ਗੱਲ ਕਹੇ ਤੀ ਤਾਂ ਆਪਦੇ ਬਾਰੇ ਮਿਰਚਾਂ ਲੱਗਦੀਆਂ ਨੇ ਵੇ ਥੋੜਾ ਸ਼ੀਤਿਕ ਢਿੱਡ ਦੁਖਣ ਲੱਗ ਗਿਆ ਅੰਦਾ ਪਚਦਾ ਵੀ ਨਹੀਂ ਹੈਗਾ ਕੁਝ ਤੱਕ ਤਾਂ ਤੁਸੀਂ ਆਦੀਆਂ ਖਾਨਦਾਨੀਆਂ ਦਿਖਾਈ ਗਏ ਦਾ ਮਤਲਬ ਇਹ ਹੋਇਆ ਵੀ ਤੁਹਾਡੀਆਂ ਵੀਡੀਓ ਸੀ ਜਿਹੜੀਆਂ ਉਹ ਤਾਂ ਇੰਟਰਟੇਨਮੈਂਟ ਵਾਸਤੇ ਸੀ ਜੇ ਹੁਣ ਲੋਕਾਂ ਨੇ ਤੁਹਾਨੂੰ ਸਚਾਈ ਦਿਖਾਤੀ ਤਾਂ ਉਹ ਲੋਕ ਹੁਣ ਆਪ ਦੇ ਵਿਊ ਖਾਤਰ ਕਰ ਦਿਆ ਹੈ ਸਾਰਾ ਕੁਝ ਸ਼ਾਬਾਸ਼ ਸ਼ਿਤਰੇ ਬੇਸ਼ੱਕ ਉਹਨੇ ਗਾਣੇ ਤੇ ਰੋਸਟ ਕਰੋ ਬੇਸ਼ੱਕ ਉਹਦੇ ਤੇ ਜਿੰਨਾ ਮਰਜ਼ੀ ਰੋਸਟ ਕਰੋ ਉਹਨੂੰ ਜਿੰਨਾ ਮਰਜ਼ੀ ਗੰਦ ਬਕੋ ਠੀਕ ਆ ਮੈਨੂੰ ਕੋਈ ਫਰਕ ਨਹੀਂ ਹੈ ਨਾ ਪਰ ਨਾਲੇ ਕਹਿੰਦੀ ਆ ਮੈਨੂੰ ਕੋਈ ਫਰਕ ਨਹੀਂ ਨਾਲੇ ਗੱਲ ਗੱਲ ਤੇ ਨਾ ਉਹਦਾ ਜੱਪਦੀਆਂ ਜਿੰਨਾਕ ਤੂੰ ਗੰਦ ਵਕੀਆ ਨਾ ਉਹਨੂੰ ਏਦੋਂ ਜ਼ਿਆਦਾ ਕੋਈ ਨਿੰਦ ਬਖ ਸਕਦਾ ਉਸ ਨੂੰ ਉਹ ਤਾਂ ਨਰਮ ਐ ਵਿਚਾਰਾ ਖਿਹੜਾ ਛੜਾ ਗਿਆ ਤੇਰੇ ਤੋਂ ਹੱਥ ਬੰਨੇ ਹੋਣੇ ਆਉਣੇ ਤਾਂ ਤੈਨੂੰ ਘਰੋਂ ਗੱਡ ਗਏ ਉਹ ਤਾਂ ਲੱਗਦਾ ਅਮ੍ਰਿਤਸਰ ਜਾ ਕੇ ਨਾ ਮੱਥਾ ਟੇਕ ਕੇ ਆਇਆ ਹੋਗਾ ਵੀ ਸ਼ੁਕਰ ਹੈ ਪ੍ਰਮਾਤਮਾ ਮੇਰਾ ਖਿਹੜਾ ਛੜਾਤਾ ਦੋਸਤ ਤੇ ਮੇਰੀ ਫੋਟੋ ਕਿਸੇ ਵੀ ਫਾਲਤੂ ਬੰਦੇ ਨਾਲ ਐਡਿਟ ਕਰਕੇ ਥੰਬਨੇਲ ਨਾਲ ਲਗਾਏ ਜਾਣ ਆ ਐਡਿਟ ਕੀ ਹੁੰਦਾ ਐਡਿਟ ਤਾਂ ਸੁਣਿਆ ਫੇਰ ਆਪਦਾ ਖਾਨਦਾਨ ਦਿਖਾਈ ਜਾਨੀ ਹੈ ਏ ਭਾਈ ਤੋਂ ਡੁੱੱਚੀ ਖਾਨਦਾਨ ਵਾਲਿਆਂ ਦੀਆਂ ਗੱਲਾਂ ਨੇ ਸਾਡੇ ਤਾਂ ਘਾਟੀ ਸਮਝ ਆਉਂਦੀਆਂ ਇਹ ਮੈਂ ਨਹੀਂ ਸੋងਗੀ ਯਾਰ ਮੈਂ ਲੜ ਲੜ ਕੇ ਰਿਪਲਾਈ ਲੋਕਾਂ ਦੇ 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 ਕੇ ਹਨਾ ਵੀ ਆਪਣਾ ਫੇਮਸ ਹੋਵਾਂ ਕਿਉਂਕਿ ਫੇਮ ਤਾਂ ਮੇਰੇ ਕੋਲ ਪਹਿਲਾਂ ਵੀ ਬਹੁਤ ਆ ਆ ਪਲੀਜ਼ ਇਹਨੇ ਹਾਸੇ ਵਾਲੀਆਂ ਗੱਲਾਂ ਨਾ ਕਰਿਆ ਕਰ ਕਿਹੜਾ ਫੇਮ ਤੇ ਕਿਸ ਚੀਜ਼ ਨੂੰ ਫੇਮ ਸੰਜੀ ਬੈਠੀ ਐ ਤੂੰ ਪਹਿਲਾਂ ਤੇ ਹੀ ਦੱਸ ਜੇ ਕੋਈ ਵਹਿਮ ਦੀ ਦਵਾਈ ਹੁੰਦੀ ਨਾ ਤੇ ਮੈਂ ਤੈਨੂੰ ਦੱਸਦੀ ਵੀ ਫਲਾਣੇ ਡਾਕਟਰ ਕੋਲੋਂ ਉੱਥੋਂ ਲਿਆ ਤੇ ਮੈਂ ਨਹੀਂ ਚਾਹੁੰਦੀ ਹਨਾ ਵੀ ਮੈਂ ਲੜ ਲੜ ਕੇ ਯਾਰ ਰਿਪਲਾਈ ਕਰ ਕਰਕੇ ਲੋਕਾਂ ਨੂੰ ਗੰਦ ਬੱਕ ਬੱਕ ਕੇ ਵੀ ਆਪਣਾ ਇੱਥੋਂ ਤੱਕ ਆਵਾਂ ਤੈਨੂੰ ਹਲੇ ਤੱਕ ਪਤਾ ਨਹੀਂ ਲੱਗਿਆ ਵੀ ਤੂੰ ਇੱਥੋਂ ਤੱਕ ਆਈ ਕਿਵੇਂ ਆ ਗੰਦ ਬੱਕ ਬੱਕ ਕੇ ਰਿਪਲਾਈ ਦੇ ਦੇ ਕੇ ਤਾਂ ਇੱਥੋਂ ਤੇ ਕਾਹੀਏ ਤੂੰ ਕਿ ਹਲੇ ਕੋਈ ਕਸਰ ਰਹਿ ਗਈ ਦੂਜਾ ਮੇਰੀ ਸੁਖਰਾਜ ਖੋਸੇ ਨੂੰ ਬੇਨਤੀ ਆ ਇੱਕ ਰਿਪਲਾਈ ਹੋਰ ਕਰ ਦੋ ਕਿਉਂਕਿ ਇਹਨੂੰ ਮਿਰਚਾਂ ਲੱਗੀਆਂ ਜਦੋਂ ਫੇਰ ਆਪਾਂ ਨੂੰ ਇਹ ਅਸਲੀ ਆਪਦੀ ਖਾਨਦਾਨੀ ਵਾਲੀ ਔਕਾਤ ਦਿਖਾਉਗੀ ਕੀ ਕਈ ਕੁੜੀਆਂ ਕਹਿੰਦੀਆਂ ਸੀ ਦੀਦੀ ਤੋਸੀਂ ਰੀਲਸ ਵਿੱਚ ਆਪਣੇ ਵਲੌਗਾਂ ਵਿੱਚ ਇੱਕ ਹੀ ਰਿੰਗ ਪਾਈ ਰੱਖਦੇ ਹੋ ਜੋ ਆ ਮੇਰੇ ਹੱਥ ਵਿੱਚ ਹੁਣ ਵੀ ਪਾਈ ਹੋਈ ਹੈ ਹਨਾ ਇਹ ਰਿੰਗ ਨਾ ਇਹਨਾਂ ਦੀ ਖਾਨਦਾਨੀ ਰਿੰਗ ਹੈਗੀ ਜਿਹੜਾ ਇਹਨਾਂ ਦੀ ਗੱਦੀ ਤੇ ਹੁੰਦਾ ਐਮਪਾਇਰ ਪੂਰਾ ਸਾਹਮ ਦਾਗਾ ਇਹ ਰਿੰਗ ਉਹਦੇ ਪਾਈ ਹੁੰਦੀ ਆ ਬਾਕੀ ਨੇ ਇਹਨਾਂ ਦੇ ਹਲੇ ਮੇਲਾ ਲੱਗਿਆ ਨਹੀਂ ਹੈਗਾ ਲੱਗਣਾ ਦੂਜਾ ਮੇਲਾ ਫਿਰ ਇੱਕ ਰਿੰਗ ਉਥੋਂ ਹੋਰ ਲੈ ਕੇ ਆਉਗੀ ਫੇਰ ਚੇਂਜ ਕਰੂਗੀ ਇਹ ਫਿਰ ਅਗਲੇ 6 ਮਹੀਨੇ ਉਹ ਰਿੰਗ ਚਲਾਉਗੀ ਇਹ ਗੱਲ ਜਿਹੜੀ ਮੇਰੀ ਪਰਸਨਲ ਲਾਈਫ ਦੇ ਵਿੱਚ ਜੋ ਹਾਦਸਾ ਵਿੱਚ ਵਾਲਾ ਉਹ ਮੈਂ ਮੀਡੀਆ ਤੇ ਪਹਿਲਾਂ ਵੀ ਕਿਹਾ ਸੀ ਸ਼ੂ ਨਹੀਂ ਕਰਨਾ ਹੈਗਾ ਨਾ ਹੀ ਉਹ ਮੈਂ ਹੁਣ ਕਰਾਂ ਪਰਸਨਲ ਕੀ ਰਹਿ ਗਿਆ ਹਾਲੇ ਜਿਹੜਾ ਰਹਿੰਦਾ ਉਹ ਵੀ ਦੱਸ ਹੀ ਦੇ ਹੁਣ ਮੈਨੂੰ ਤਾਂ ਨਹੀਂ ਲੱਗਦਾ ਕਿ ਕੁਝ ਰਿਹਾ ਹੋਊਗਾ ਪਰਸਨਲ ਕਿਉਂਕਿ ਸਾਰਾ ਕੁਝ ਤਾਂ ਤੁਸੀਂ ਦੱਸ ਹੀ ਦਿੱਤਾ 2 ਮਹੀਨੇ ਭੱਜ ਗਈ ਸੀ ਮੁੰਡੇ ਨਾਲ ਰਹਿ ਕੇ ਆਈਆਂ ਸਾਰਾ ਕੁਝ ਤਾਂ ਦੱਸ ਹੀ ਦਿੱਤਾ ਮੂੰਹ ਕਾਲਾ ਕਰਾ ਕੇ ਆਈਆਂ 2 ਮਹੀਨੇ ਹਲੇ ਵੀ ਪਰਸਨਲ ਰਹਿੰਦਾ ਸਾਨੂੰ ਲੱਗਦਾ ਨਹੀਂ ਵੀ ਕੁਝ ਪਰਸਨਲ ਰਹਿ ਗਿਆ ਹੋਊਗਾ ਬਾਕੀ ਰਹੀ ਗੱਲ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੇਰਾ ਉਸ ਬੰਦੇ ਨਾਲ ਕੋਈ ਨਾਤਾ ਕੋਈ ਲੈਣਾ ਦੇਣਾ ਨਹੀਂ ਹੈਗਾਗਾ ਹੈ ਫਿਰ ਫੇਰ ਨਾਮ ਲਿਆ ਨਾ ਉਹਦਾ ਪਹਿਲੇ ਪਿਆਰ ਨਹੀਂ ਭੁੱਲੇ ਜਾਂਦੇ ਹੁੰਦੇ ਤੂੰ ਤਾਂ ਸੁੱਤੀ ਪਈ ਵੀ ਉਹਦਾ ਨਾਮ ਲੈਂਦੀ ਹੋਏਂਗੀ ਹਰ 5 6 ਸੈਕਿੰਡ ਬਾਅਦ ਉਹਦਾ ਨਾਮ ਲੈ ਲੈਣੀ ਹਰ ਇੱਕ ਵੀਡੀਓ ਦੇ ਵਿੱਚ ਹਰ 5 6 ਸੈਕਿੰਡ ਬਾਅਦ ਉਹਦਾ ਨਾਮ ਲੈ ਲੈਣੀ ਆ ਨਾਮ ਤਾਂ ਤੂੰ ਐਂ ਜਪਦੀ ਐ ਜਿਵੇਂ ਮਾਲਾ ਜਪਦੇ ਹੁੰਦੇ ਆ ਜੇ ਕਿਤੇ ਉਹਦੇ ਅੱਜ ਵੀ 1 ਮਿਲੀਅਨ ਸਬਸਕ੍ਰਾਈਬਰ ਹੋ ਜਾਣ ਨਾ ਤੂੰ ਤਾਂ ਪੁੱਠੀ ਭੱਜੀ ਜਾਏਂਗੀ ਕਹ ਦੇਂਗੀ ਜਾ ਕੇ ਵੀ ਮੇ ਤਾਂ ਤਾਂ ਗਲਤੀ ਹੋ ਗਈ ਤੇ ਮੈਂ ਤਾਂ ਲੋਕਾਂ ਮਗਰ ਲੱਗ ਗਈ ਸੀ ਜੋ ਵੀ ਇਹਨੂੰ ਕੁਝ ਬੋਲਦਾ ਮੈਨੂੰ ਕੋਈ ਫਰਕ ਨਹੀਂ ਤੇ ਮੈਂ ਇਹ ਵੀ ਨਹੀਂ ਕਹਿੰਦੀ ਬੋਲੋ ਚਲੋ ਆਪਾਂ ਕੀ ਆਪਾਂ ਅਗਲੇ ਤੋਂ ਕੀ ਲੈਣਾ ਯਾਰ ਹਨਾ ਇਹੀ ਤਾਂ ਗੱਲ ਹੈ ਨਾ ਉਹਦੇ ਕੋਲ ਹੈ ਨਹੀਂ ਕੁਝ ਦੇਣ ਨੂੰ ਜੇਕਰ ਹੁੰਦਾ ਫੇਰ ਤਾਂ ਤੂੰ ਫੋਰਚੂਨਰਾਂ ਵੀ ਭਾਲਦੀ ਆ ਜਿਹੜੀ ਤੂੰ ਮੇਲੇ ਤੋਂ ਖਰੀਦ ਕੇ ਰਿੰਗ ਪਾਈ ਹੈ ਨਾ ਫੇਰ ਤੂੰ ਉਹਨੂੰ ਕਹਿੰਦੀ ਵੀ ਮੈਨੂੰ ਤਾਂ ਡਾਇਮੰਡ ਨਹੀਂ ਬਣਾ ਕੇ ਦੇ ਤਾਂ ਹੀ ਤਾਂ ਛੱਡਿਆ ਹੀ ਵਿਚਾਰੇ ਨੂੰ 2 ਮਹੀਨਿਆਂ ਦੇ ਵਿੱਚ ਵਿੱਚ ਕਿੰਦੀ ਕਰਨਾ ਸੋਨੀਆ ਵੀ ਐਵੇਂ ਜਦੋਂ ਬੰਦਾ ਕਹਿੰਦੇ ਨਾ ਸਹੀ ਰਾਸਤੇ ਤੇ ਤੋਰ ਰਿਹਾ ਹੁੰਦਾ ਉਹਨੂੰ ਜਾਣ ਦਿਆ ਕਰੋ ਠੀਕ ਆ ਨਾ ਐਵੇਂ ਟੰਗ ਨਹੀਂ ਡਾਈ ਦਿੰਦੀ ਤੂੰ ਘਰੋਂ ਭੱਜ ਗਈ 2 ਮਹੀਨੇ ਉਹਦੇ ਨਾਲ ਰਹੀ ਆਈ ਮੂੰਹ ਕਾਲਾ ਕਰਾਇਆਈ ਆਪ ਹੀ ਭੱਜ ਗਈ ਆਪ ਹੀ ਹੁਣ ਤਲਾਕ ਦੇ ਕੇ ਆ ਗਈ ਹੈਨਾ ਤੈਨੂੰ ਤਾਂ ਤੇਰੇ ਘਰਦਿਆਂ ਨੇ ਨਹੀਂ ਹਟਾਇਆ ਹੈਗਾ ਤੇ ਲੋਕਾਂ ਨੇ ਤੈਨੂੰ ਹਟਾ ਕੇ ਕੀ ਲੈਣਾ ਕਿਸੇ ਨੇ ਤੇਰੀ ਕੀ ਟੰਗ ਢਾਉਣੀ ਹੈਗੀ ਕਿਸੇ ਦੀ ਟੰਗ ਢਾਈ ਤੇ ਤੂੰ ਕਿੱਥੇ ਹਟਦੀ ਆਸੋ ਰਿਲੇਟਿਡ ਇਹ ਹੀ ਗੱਲ ਕਰਨੀ ਸੀ ਇਹ ਮੇਰੀ ਵੀਡੀਓ ਸਿਰਫ ਲਾਸਟ ਸੀ ਕਿ ਮੇਰਾ ਉਸ ਬੰਦੇ ਨਾਲ ਕੋਈ ਨਾਤਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂਗਾ ਤੇਰੀਆਂ ਪਿਛਲੀਆਂ ਵੀਡੀਓ ਚ ਵੀ ਉਹਦੇ ਬਾਰੇ ਗੱਲਾਂ ਨੇ ਜਿਹਦੇ ਨਾਲ ਤੂੰ ਭੱਜੀ ਸੀਗੀ ਤੇਰੀ ਇਸ ਵੀਡੀਓ ਚ ਵੀ ਉਹਦੇ ਬਾਰੇ ਗੱਲਾਂ ਹੋਈ ਜਾਂਦੀਆਂ ਨੇ ਸਾਡੀ ਬੇਨਤੀ ਹੈ ਵੀ ਕੋਈ ਨਵਾਂ ਕੰਟੈਂਟ ਲੈ ਕੇ ਆ Ê ਤੋਂ ਪਹਿਲਾਂ ਕਿ ਲੋਕ ਤੈਨੂੰ ਗਾਲਾਂ ਦੇਣ ਲੱਗ ਜਾਣ ਇਹਨਾਂ ਦੇ ਵਿਆਹ ਦਾ ਲੱਡੂ ਜਿਹੜਾ ਖਾਵੇ ਉਹ ਵੀ ਪਛਤਾਵੇ ਤੇ ਬਿਲਕੁਲ ਸਹੀ ਗੱਲ ਜਿਵੇਂ ਹੁਣ ਤੇਰੇ ਘਰ ਆਲਾ ਪਛਤਾਉਂਦਾ ਹੋਊਗਾ ਵੀ ਕਿੱਥੇ ਹੁਣ ਮੈਂ ਮੱਕੀ ਦੇ ਮਗਰ ਮਗਰ ਕੈਮਰਾ ਲਾ ਕੇ ਭਿੰਕਦਾ ਫਿਰਦਾ ਰਹਿਣਾ ਕਿੱਥੇ ਹੁਣ ਮੈਂ ਇਸ ਹੁਮੇਚ ਬੱਚੇ ਚੱਕਣੇ ਸੀਗੇ ਪਛਤਾਤਾ ਉਹ ਵੀ ਰਹੀ ਹੈ ਵਿਚਾਰਕ